ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭਾਰਤ ਸਰਕਾਰ ਦੇ 15 April 2020 ਦੇ ਪੱਤਰ ਅਨੁਸਾਰ 20 April 2020 ਤੋਂ ਕੁਝ ਵਰਕਸ਼ਾਪ ਜਾਂ ਕੁਝ ਫੈਕਟਰੀਆਂ ਨੂੰ ਕੰਮ ਕਰਨ ਦੀ ਇਜਾਜ਼ਤ ਕੇਂਦਰ ਸਰਕਾਰ ਨੇ ਦਿੱਤੀ ਸੀਗੀ ਉਸੇ ਤਰਜੇ ਤੇ ਪੰਜਾਬ ਸਰਕਾਰ ਨੇ ਵੀ ਕੁਝ ਵਰਕਸ਼ਾਪ ਕੁਝ ਫੈਕਟਰੀਆਂ ਕੁਝ کارਖਾਨਿਆਂ ਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਹੈ ਸਭ ਤੋਂ ਪਹਿਲਾਂ ਉਹਨਾਂ ਫੈਕਟਰੀਆਂ ਨੂੰ ਉਹਨਾਂ ਵਰਕਸ਼ਾਪ ਨੂੰ ਇੱਕ ਮਨਜ਼ੂਰੀ ਲੈਣੀ ਪਵੇਗੀ ਉਹ ਸਬੰਧੀ ਮੈਂ ਇਸ ਵੀਡੀਓ 'ਚ ਗੱਲ ਕਰਦਾ ਹਾਂ ਸਭ ਤੋਂ ਪਹਿਲਾਂ ਕੁਲਦੀਪ ਸਿੰਘ ਸ਼ੇਰਗਿਲ ਮਰਖਾਈ ਵੱਲੋਂ ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਜੇਕਰ ਆਪਨੇ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਤੇ ਨਵੇਂ ਹੋਂਦ ਲਾਲ ਬੜਨਾਪਕੇ ਸਬਸਕ੍ਰਾਈਬ ਕਰ ਸਕਦੇ ਹਾਂ ਕਿਉਂਕਿ ਇਸ ਵੀਡੀਓ ਦਾ ਚਾਹ ਇੰਡਸਟਰੀ ਦੇ ਨਾਲ ਸਬੰਧ ਹੈ ਪਰੰਤੂ ਕਿਸਾਨਾਂ ਦਾ ਸਿੱਧਾ ਸਬੰਧ ਹੈ ਤਾਂ ਇਸ ਲਈ ਕਿਸਾਨਾਂ ਦੇ ਲਈ ਸਹਾਈ ਹੋਏਗੀ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦੀ 21 April 2020 ਦੀ ਖਬਰ ਹੈ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਉਹ ਇੰਡਸਟਰੀਅਲ ਯੂਨਟ ਜਿਹੜੀਆਂ ਕਿ ਜੋ SOP ਜਾਰੀ ਹੋਈਆਂ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਜੋ ਜਾਰੀ ਹੋਇਆ ਉਸ ਦੀ ਪਾਲਣਾ ਕਰਦੇ ਹੋਏ ਆਪਣਾ ਕੰਮ ਕਰਨਾ ਚਾਹੁੰਦੀਆਂ ਅਤੇ ਉਸ ਲਿਸਟ ਦੇ ਵਿੱਚ ਉਹਨਾਂ ਦੇ ਨਾਮ ਆਉਂਦੇ ਆ ਜੋ ਕਿ ਸਰਕਾਰ ਨੇ 15 April 2020 ਨੂੰ ਜੋ ਜਾਰੀ ਕੀਤੀ ਸੀਗੀ ਤਾਂ ਉਹਨਾਂ ਵਾਸਤੇ ਇੱਕ ਲਿੰਕ ਦਿੱਤਾ ਇਹਨਾਂ ਨੇ ਇਹ ਜਿਹੜਾ ਲਿੰਕ ਹੈਗਾ ਇਹ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਦੇ ਰਿਹਾ ਹਾਂ ਜਿੱਥੋਂ ਤੁਸੀਂ ਡਾਇਰੈਕਟਲੀ ਜਾ ਕੇ ਇਸ ਲਿੰਕ ਤੇ ਪਹੁੰਚ ਜਾ ਸਕਦੇ ਹੋ ਤਾਂ ਇਸ ਲਿੰਕ ਤੋਂ ਉਹਨਾਂ ਫੈਕਟਰੀਆਂ ਨੂੰ ਇੱਕ ਪਾਸ ਜਾਰੀ ਹੋਏਗਾ ਮਤਲਬ ਕਿ ਉਹ ਇੱਕ ਫਾਰਮ ਭਰਨਗੇ ਫਾਰਮ ਭਰਨ ਤੋਂ ਬਾਅਦ ਚ ਉਹਨਾਂ ਨੂੰ ਪਰਮਿਸ਼ਨ ਜਾਰੀ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਚ ਉਹ ਕੰਮ ਕਰ ਸਕਣਗੇ ਕੰਮ ਕਿਵੇਂ ਕਰਨਗੇ ਜਿਹੜਾ ਉਹਨਾਂ ਨੂੰ ਪੂਰਾ ਇੱਕ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਦਿੱਤਾ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਮਜ਼ਦੂਰਾਂ ਦੇ ਆਉਣ ਜਾਣ ਦਾ ਪ੍ਰਬੰਧ ਕਰਨਾ ਰਹਿਣ ਦਾ ਪ੍ਰਬੰਧ ਕਰਨਾ ਸੈਨੀਟਾਈਜੇਸ਼ਨ ਦਾ ਪ੍ਰਬੰਧ ਕਰਨਾ ਇਹ ਸ਼ੋਸ਼ਲ ਡਿਸਟੈਂਸਿੰਗ ਦਾ ਪ੍ਰਬੰਧ ਕਰਨਾ ਉਹ ਸਾਰਾ ਕੁਝ ਤਾਂ ਜਿਹੜੀ ਕੋਈ ਇੰਡਸਟਰੀ ਜਾਂ ਵਰਕਸ਼ਾਪ ਜਾਂ ਫੈਕਟਰੀ ਕੰਮ ਕਰਨਾ ਚਾਹੁੰਦੀ ਹੈ ਉਹ ਇਹ ਫਾਰਮ ਭਰ ਸਕਦੇ ਹੈ ਇਹ ਆਨਲਾਈਨ ਪ੍ਰੋਸੀਜਰ ਇਸ ਲਈ ਕੀਤਾ ਗਿਆ ਤਾਂ ਕਿ ਖੱਜਲ ਖਵਾਰੀ ਤੋਂ ਬਚਿਆ ਜਾ ਸਕੇ ਤੇ ਕੰਮ ਜਲਦੀ ਹੋ ਸਕੇ ਤੁਹਾਨੂੰ ਇੱਕ ਮੈਸੇਜ ਨਹੀਂ ਇੱਕ ਤੁਹਾਨੂੰ SMS ਆਏਗਾ ਜਿਦੇ ਰਾਹੀਂ ਤੁਹਾਡੇ ਇਹ ਐਪਲੀਕੇਸ਼ਨ ਫਿਲ ਹੋਣ ਦੀ ਕਨਫਰਮੇਸ਼ਨ ਆਏਗੀ ਤੇ ਉਸ ਤੋਂ ਬਾਅਦ ਤੁਹਾਡੀ ਐਪਲੀਕੇਸ਼ਨ ਮਨਜ਼ੂਰ ਕਰ ਲਈ ਜਾਂਦੀ ਹੈ ਨਹੀਂ ਲਈ ਜਾਂ ਕੀਤੀ ਜਾਂਦੀ ਉਹਦੇ ਸਬੰਧੀ ਵੀ ਸੂਚਨਾ ਤੁਹਾਨੂੰ ਤੁਹਾਡੇ ਘਰ ਬੈਠਿਆਂ ਮਿਲ ਜਾਏਗੀ ਤਾਂ ਇਹ ਮਨਜ਼ੂਰੀ ਲੈਣ ਤੋਂ ਬਾਅਦ ਦੇ ਵਿੱਚ ਉਹ ਫੈਕਟਰੀ ਜਾਂ ਵਰਕਸ਼ਾਪ ਆਪਣਾ ਕੰਮ ਕਰ ਸਕਦੀ ਹੈ ਤਾਂ ਇੱਥੇ ਇੱਕ ਚੀਜ਼ ਹੋਰ ਹੈ ਕੇ ਕਰਫਿਓ ਵਿੱਚ ਕੋਈ ਰਾਹਤ ਨਹੀਂ ਹੈ ਆਮ ਜਨਤਾ ਲਈ ਕਰਫਿਓ ਵਿੱਚ ਕੋਈ ਰਾਹਤ ਨਹੀਂ ਕੇਵਲ ਤੇ ਕੇਵਲ ਕੁਝ ਵਰਕਸ਼ਾਪ ਅਤੇ ਫੈਕਟਰੀ ਨੂੰ ਹੀ ਕੰਮ ਕਰਨ ਦੀ ਸਹੂਲਤ ਦਿੱਤੀ ਜਾ ਰਹੀ ਹੈ ਤਾਂ ਜਦੋਂ ਤੁਸੀਂ ਇਸ ਲਿੰਕ ਦੇ ਉੱਪਰ ਕਲਿੱਕ ਕਰੋਗੇ ਇਸ ਲਿੰਕ ਦੇ ਉੱਪਰ ਕਲਿੱਕ ਕਰੋਗੇ ਤਾਂ ਤੁਹਾਡਾ ਜਿਹੜਾ ਹੈਗਾ ਇਹ ਫਾਰਮ ਖੁੱਲ ਜਾਏਗਾ ਇਸ ਫਾਰਮ ਨੂੰ ਭਰ ਕੇ ਆਪਾਂ ਆਨਲਾਈਨ ਸਬਮਿਟ ਕਰਨਾ ਹੈ ਪੰਜਾਬ ਸਰਕਾਰ ਦੀ ਇਹ ਵੈੱਬਸਾਈਟ ਹੈ ਐਪਲੀਕੇਸ਼ਨ ਫਾਰ ਪਰਮਿਸ਼ਨ ਟੂ ਰਨ ਦਾ ਇੰਡਸਟਰੀ ਸਭ ਤੋਂ ਪਹਿਲਾਂ ਤੁਸੀਂ ਆਪਣੀ ਈਮੇਲ ਆਈਡੀ ਭਰੋਗੇ ਫਿਰ ਆਪ ਦੀ ਫਰਮ ਦਾ ਨਾਮ ਭਰੋਗੇ ਐਂਟਰਪ੍ਰਾਈਜ਼ ਦਾ ਨਾਮ ਭਰੋਗੇ ਫਿਰ ਕਿੱਥੇ ਹੈਗੀ ਹੈ ਯੂਨਟ ਉਹਦਾ ਐਡਰੈਸ ਦੇਵੋਗੇ ਫਿਰ ਜ਼ਿਲ੍ਹਾ ਆਏਗਾ ਫਿਰ ਉਹਦੀ ਲੋਕੇਸ਼ਨ ਕੀ ਹੈ ਉਹ ਦੇਣੀ ਪਊਗੀ ਇਸ ਤੋਂ ਅੱਗੇ ਇਹ ਪੁੱਛਿਆ ਜਾਂਦਾ ਹੈ ਕਿ ਕੀ ਤੁਹਾਡੀ ਜਿਹੜੀ ਇੰਡਸਟਰੀ ਹੈ ਜਾਂ ਵਰਕਸ਼ਾਪ ਹੈ ਕੀ ਉਹ ਵਰਕਸ਼ਾਪ ਕਨਟੇਨਮੈਂਟ ਜ਼ੋਨ ਦੇ ਵਿੱਚ ਹੈ ਜਿੱਥੇ ਪੇਸ਼ੈਂਟ ਹੈ ਯੈਸ ਜਾਂ ਨੋ ਤੁਸੀਂ ਇੱਥੇ ਭਰੋਗੇ ਫਿਰ ਮਾਲਕ ਦਾ ਨਾਮ ਤੇ ਉਹਦਾ ਡੈਜ਼ਿਗਨੇਸ਼ਨ ਕੀ ਹੈ ਮੋਬਾਈਲ ਨੰਬਰ ਟੋਟਲ ਕਿੰਨੇ ਵਰਕਰ ਦੇ ਦੇ ਕੰਮ ਦੀ ਪਰਮਿਸ਼ਨ ਲੈਣੀ ਹੈ ਤੁਸੀਂ ਉਹ ਲਿਖਣਾ ਪਏਗਾ ਉਹਨਾਂ ਦੇ ਵਿੱਚੋਂ ਬਾਹਰੀ ਲੇਬਰ ਕਿੰਨੀ ਹੈ ਮਾਈਗਰੈਂਟ ਲੇਬਰ ਕਿੰਨੀ ਹੈ ਉਹ ਲਿਖਣਾ ਪਊਗਾ ਫਿਰ ਇਸ ਜਗ੍ਹਾ ਤੇ ਸਾਰੇ ਮਜ਼ਦੂਰਾਂ ਦੇ ਆਧਾਰ ਕਾਰਡ ਅਟੈਚ ਕਰਨੇ ਪੈਣਗੇ ਉਹਨਾਂ ਦਾ ਮੈਡੀਕਲ ਦਾ ਇੰਸ਼ੋਰੈਂਸ ਹੋਇਆ ਜਾਂ ਨਹੀਂ ਹੋਇਆ ਉਹਦਾ ਉਹਦੀ ਅਟੈਚਮੈਂਟ ਕਰਨੀ ਪਏਗੀ ਫਿਰ ਤੁਸੀਂ ਕੀ ਚੀਜ਼ ਬਣਾਉਣੀ ਹੈ ਪ੍ਰੋਡਕਟ ਕੀ ਬਣਾਉਣੀ ਹੈ ਕੀ ਤੁਹਾਡਾ ਪ੍ਰੋਡਕਟ 에ਸੈਂਸ਼ੀਅਲ ਆਈਟਮ ਹੈ ਜਾਂ ਨਾਨ 에ਸੈਂਸ਼ੀਅਲ ਆਈਟਮ ਹੈਗਾ ਕੀ ਕੋਈ ਕੰਸਟਰਕਸ਼ਨ ਐਕਟੀਵਿਟੀ ਕਰਨੀ ਹੈ ਜੇ ਕੰਸਟਰਕਕਸ਼ਨ ਕਰਨਾ ਤਾਂ ਇਹ ਜੈਸ ਲਿਖੋਗੇ ਤਾਂ ਇਸ ਫਾਰਮ ਨੂੰ ਟੋਟਲ ਦਾ ਤੁਸੀਂ ਇਹ ਭਰ ਦਿਓਗੇ ਇਹ ਪੂਰਾ ਡਾਟਾ ਦੇਊਗਾ ਤੁਹਾਡੀ ਫੈਕਟਰੀ ਦਾ ਏਰੀਆ ਕਿੰਨਾ ਹੈ ਉੱਥੇ ਕਿੰਨੇ ਸੈਨੀਟਾਈਜ਼ਡ ਟਾਇਲਟ ਹੈਗੇ ਹੈ ਤੇ ਬਾਕੀ ਐਸਓਪੀ ਦੇ ਲਈ ਜਿਹੜਾ ਹੈਗਾ ਕੀ ਹੈਗਾ ਕਿਸ ਤਰੀਕੇ ਨਾਲ ਮਜ਼ਦੂਰਾਂ ਨੂੰ ਲੈ ਕੇ ਆਓਗੇ ਵਾਹਨ ਕਲ ਨੰਬਰ ਤਾਂ ਤੁਸੀਂ ਇਸ ਨੂੰ ਚੰਗੇ ਤਰੀਕੇ ਦੇ ਨਾਲ ਫਾਰਮ ਨੂੰ ਭਰ ਕੇ ਤਾਂ ਇਸ ਨੂੰ ਜਿਹੜਾ ਹੈਗਾ ਜੋ-ਜੋ ਡਿਟੇਲ ਮੰਗੀ ਗਈ ਹੈ ਉਹ ਸਾਰੀ ਅਟੈਚ ਕਰਕੇ ਇਹਨੂੰ ਸਬਮਿਟ ਕਰ ਦੇਣਾ ਹੈ ਸਬਮਿਟ ਕਰਨ ਤੋਂ ਬਾਅਦ ਤੁਹਾਨੂੰ ਬਹੁਤ ਜਲਦੀ ਸਰਕਾਰ ਇਸ ਤੇ ਵਿਚਾਰ ਕਰੇਗੀ ਵਿਚਾਰ ਕਰਨ ਤੋਂ ਬਾਅਦ ਦੇ ਵਿੱਚ ਜੇ ਤੁਹਾਨੂੰ ਪਰਮਿਸ਼ਨ ਮਿਲਦੀ ਹੈ ਤਾਂ ਤੁਸੀਂ ਉਹ ਪਰਮਿਸ਼ਨ ਲੈ ਕੇ ਆਪਣਾ ਕੰਮ ਕਰ ਸਕਦੇ ਹੋ ਨਾਲ ਜਿਹੜੀਆਂ ਸ਼ਰਤਾਂ ਮਿਲਣਗੀਆਂ ਜੋ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੈਗਾ ਉਹ ਤੁਹਾਨੂੰ ਫੋਲੋ ਕਰਨਾ ਪਏਗਾ ਜੋ ਸਰਕਾਰ ਨੇ ਕਿਹਾ ਉਸ ਤਰੀਕੇ ਨਾਲ ਕੰਮ ਕਰਨਾ ਪਏਗਾ ਉਮੀਦ ਕੀਤੀ ਜਾਂਦੀ ਹੈ ਕਿ ਇਸ ਦੇ ਨਾਲ ਕਾਫੀ ਜ਼ਿਆਦਾ ਫਾਇਦਾ ਹੋਏਗਾ ਕੁਝ ਨਵੇਂ ਪ੍ਰੋਡਕਟ ਬਣਨਗੇ ਕੁਝ ਫੈਕਟਰੀਆਂ ਚੱਲਣੀਆਂ ਕੁਝ ਬੰਦਿਆਂ ਨੂੰ ਰੋਜ਼ਗਾਰ ਮਿਲੇਗਾ ਕੁਝ ਜਿਹੜੀ ਘਾਟ ਕਿਸਾਨੀ ਦੇ ਵਿੱਚ ਚੀਜ਼ਾਂ ਦੀ ਬਾਜ਼ਾਰ ਦੀ ਘਾਟ ਪਈ ਜਾ ਰਹੀ ਹੈ ਉਹ ਘਾਟ ਦੂਰ ਹੋਏਗੀ ਤੇ ਸਾਡੀਆਂ ਮੁਸ਼ਕਲਾਂ ਦਾ ਹੱਲ ਹੋਏਗਾ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ